किसान यूनियन सिद्धूपुर के किसान आगुआ ते वर्करां नूं उस वेले गिद्दड़बाह दे पिंड माधीर दे विच पुलिस ने रोक लिया जदों ओह एक किसान नूं इंसाफ दिवाउण दे लई लुधियाणा ट्रैक्टर ट्रैलियां ते जा रहे सन। सारे मामले संबंधी जानकारी दिंदे होए सुखदेव सिंह बुड्ढा दे वल्लों दस्सिया गया है कि साडा एक वीर जो कि लुधियाणे दे नाल संबंधित सी जिसका नाम सुखजिंदर सिंह सी उस नूं भूम माफिया के 1.5 करोड़ रुपये की ठगी मार ली गई। इस तो बाद दुखी होकर उस किसान ने सुसाइड नोट लिख के खुदकुशी कर ली। उसने दसिया कि उस किसान वीर नूं असी इंसाफ दवाउण दे लई अपने ट्रैक्टर ट्रैलियां दे राही लुधियाणा विखे जा रहे सन। इस करके रोकया गया जी भी प्रशासन कहिंदा वी सोडा कट नहीं होण देना, जो भगवंत मान है बिना लारे तो कोई उहदे कोले गल ही नहीं। एक पासे तां पंजाब हड़ां नाल मर रहा है, दूजे पासे ऐलान कर देंदे है मंगदा किसे तो कोई नहीं। किसे ने आपां भगवंत मान तो कोई मुआवजा मंगया नहीं सी। असीं कहिंदे आ वी जे सरकार आपदी जवान हलावे तां सोच समझ के हलावे, तां हलावे जे पूरा उतरना होवे। ਤਾਂ ਇਹ ਸਰਕਾਰ ਜਦੋਂ ਪੂਰੀ ਨਹੀਂ ਉਤਰੀ ਤੇ ਜਥੇਬੰਦੀਆਂ ਨੇ ਚੰਡੀਗੜ੍ਹ ਦੀ ਤਿਆਰੀ ਕਰੀ ਤੇ ਜੋ ਕੱਲ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਉੱਥੇ, ਉਹ ਵੀ ਬਹੁਤ ਮੰਦਭਾਗੀ ਹਾਲ ਸੀ ਤੇ ਨਿੰਦਣਯੋਗ ਹੈ। ਸਰਕਾਰਾਂ ਨੇ ਬਹੁਤ ਮਾੜਾ ਕਰਿਆ ਤੇ ਸਾਡਾ ਤਾਂ ਉਹ ਤੋਂ ਇੱਕ ਹਟ ਕੇ ਸਾਡਾ ਵੀਰ ਸੁਖਜਿੰਦਰ ਸਿੰਘ ਲੁਧਿਆਣੇ ਦੇ ਰਹਿਣ ਵਾਲਾ ਜੋ ਕਿ ਭੂਮੀਏ ਮਾਫੀਆ ਨੇ ਉਸ ਨੂੰ ਇੰਨਾ ਤੰਗ ਕਰਿਆ ਕਿ 21 ਸਾਲ ਪੁਰਾਣਾ ਕੇਸ ਹੈ ਇਹ, ਜੋ ਕਿ ਉਹਦੀ ਜ਼ਮੀਨ ਭੂਮੀ ਮਾਫੀਆ ਨੇ ਹੜੱਪੀ ਹੈ, 420 ਕਰਕੇ ਹੜੱਪੀ ਹੈ। ਉਹਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਜਾ ਲੁਧਿਆਣਾ ਰਹੇ ਸੀ। ਪ੍ਰਸ਼ਾਸਨ ਪਹਿਲਾਂ ਤਾਂ ਸਾਨੂੰ ਫਕਰਸਾਰੀ ਡੱਕਦਾ ਸੀ ਕਿ ਅਸੀਂ ਸੋਚ ਵੱਡੀ ਰੱਖ ਕੇ ਤੁਰੇ ਸੀ ਵੀ ਘਰੋਂ ਨਿਕਲਣਾ ਜ਼ਰੂਰੀ ਹੈ, ਅਸੀਂ ਘਰੇ ਹੀ ਨਾ ਬੰਦ ਹੋ ਜਾਈਏ ਜਿਵੇਂ ਦੂਜਿਆਂ ਨੂੰ ਘਰੇ ਚੱਕਿਆ ਜਾਂਦਾ ਹੈ। ਤਾਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਅਸੀਂ ਮਦੀਰ ਤੱਕ ਚੱਲਦੇ ਹਾਂ, ਉੱਥੇ ਸਾਰੇ ਇਕੱਠੇ ਹੋ ਜਾਵਾਂਗੇ, ਜਿੱਥੇ ਤੁਸੀਂ ਰੋਕੋਗੇ ਅਸੀਂ ਰੁਕ ਜਾਵਾਂਗੇ। ਇੱਥੇ ਹੁਣ ਪ੍ਰਸ਼ਾਸਨ ਨੇ ਆਪਦੀ ਤਾਕਤ ਨਾਲ ਰੁਕੇ ਹੈ, ਪਰ ਸਾਡਾ ਧਰਨਾ ਲੁਧਿਆਣੇ 'ਚ ਹੀ ਚੱਲ ਰਿਹਾ ਹੈ, ਪ੍ਰਧਾਨ ਜੀ ਦੇ ਧਿਆਨ 'ਚ ਆ ਸਾਰਾ। ਜਿੰਨਾ ਚਿਰ ਪ੍ਰਸ਼ਾਸਨ ਸਾਨੂੰ ਮਰਜ਼ੀ ਰੋਕੀ ਰੱਖੇ ਲੁਧਿਆਣੇ ਜਾ ਕੇ ਰੁਕਾਂਗੇ, ਪ੍ਰਚਾਰ ਸਾਡਾ ਹੁਣ ਵੀ ਲੁਧਿਆਣੇ ਵਾਲਾ ਹੈ। ਸੰਘਰਸ਼ੀਆਂ ਦਾ ਤਾਂ ਮਤਲਬ ਕੀ ਹੈ, ਰੋਡਾਂ 'ਤੇ ਰਹਿਣਾ ਭਰਾਵੋ। ਲੁਧਿਆਣੇ ਤਾਂ ਵੀ ਉਹੀ ਰੋਡ ਸੀ, ਉਸੇ ਰੋਡ 'ਤੇ ਅਸੀਂ ਮਦੀਰ ਬੈਠੇ ਹਾਂ, ਆਪਦੀ ਮੰਜ਼ਿਲ ਤੱਕ ਪਹੁੰਚਾਂਗੇ। ਉਸ ਮੇਰੇ ਵੀਰ ਨੂੰ ਜੋ ਜੈਣੀਆ ਮਾਫੀ ਨੇ ਉਹਦੀ ਜ਼ਮੀਨ ਹੜੱਪੀ ਆ, ਉਹਨੂੰ ਇਨਸਾਫ ਜ਼ਰੂਰ ਦਿਵਾਵਾਂਗੇ। ਜਿੱਤੋਂ ਵੀ ਸਾਡਾ ਇੱਥੇ ਪੂਰਾ ਵੱਡਾ ਇਕੱਠ ਹੋਇਆ ਅਤੇ ਸਾਨੂੰ ਮੇਰੇ ਵੀਰਾਂ 'ਤੇ ਵਿਸ਼ਵਾਸ ਹੈ, ਉਸ ਟਾਈਮ ਸਾਨੂੰ ਲੁਧਿਆਣੇ ਜਾਣੋਂ ਕੋਈ ਨਹੀਂ ਰੱਖੂਗਾ। ਬੁਲਾਓ ਫਤਿਹ। ਜਿਵੇਂ ਰੋਕਿਆ ਗਿਆ ਕੀ ਕਾਰਨ ਦੱਸਦੇ ਪੁੱਛੋ? ਇਹ ਲੁਧਿਆਣੇ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਨੇ ਠੱਗੀ ਮਾਰੀ ਸੀ ਸੁਖਜਿੰਦਰ ਸਿੰਘ ਵੀਰ ਨਾਲ, ਉਹਨੇ ਖੁਦਕੁਸ਼ੀ ਕਰ ਲਈ, ਜਿਹੜੀ ਕਿ 1.5 ਕਰੋੜ ਰੁਪਏ ਦੀ ਠੱਗੀ ਹੈ। ਉਸਨੇ ਬੱਚੇ ਦੀ ਫੀਸ ਨਹੀਂ ਭਰੀ ਗਈ ਅਤੇ ਉਸਨੇ ਮਜਬੂਰਨ ਬਸ ਖੁਦਕੁਸ਼ੀ ਕੀਤੀ, ਉਹ ਸੁਸਾਈਡ ਨੋਟ ਲਿਖ ਕੇ ਦਿੱਤਾ। ਸਾਰੇ ਪਰਿਵਾਰ ਨੇ ਬਹੁਤ ਪਹਿਲਾਂ 2021 ਤੋਂ ਲੈ ਕੇ ਕਿੰਨੇ ਕੇਸ ਲੜੇ, ਕੀ ਕੁਛ ਹੋਇਆ, ਸਰਕਾਰ ਪੱਖੀ ਜਾਂਦੇ ਰਹੇ। ਕੋਪਰੇਟ ਜਿਵੇਂ ਅੱਜ ਦਾ MLA ਆ, ਉਹ ਵੀ ਉਹਨਾਂ ਦੇ ਧਰਨੇ ਵਿੱਚ ਜਾ ਕੇ ਬੈਠਾ ਸੀ। ਇਸ ਕਰਕੇ ਅਸੀਂ ਉਹਨਾਂ ਪਰਿਵਾਰ ਦੀ ਜ਼ਮੀਨ ਵਾਪਸ ਕਰਾਉਣ ਵਾਸਤੇ ਉੱਥੇ ਜਿਹੜਾ ਧਰਨਾ ਪ੍ਰੋਟੈਸਟ ਅੱਜ 15 ਦਿਨ ਲਗਭਗ ਹੋ ਗਏ। ਉਹਦੇ ਵਿੱਚ ਜਿਹੜੇ ਕਿਸਾਨ ਸੀ ਆਪੋ ਆਪਣੇ ਵਹੀਕਲ ਲੈ ਕੇ ਜਾ ਰਹੇ ਸੀ, ਕਿਉਂਕਿ ਰਾਤ ਨੂੰ ਪੱਖੇ ਦਾ ਰਹਿਣ ਦਾ ਇੰਤਜ਼ਾਮ ਟਰੈਕਟਰ ਟਰਾਲੀਆਂ ਵਿੱਚ ਜ਼ਰੂਰੀ ਹੋਣਾ। ਇੱਥੋਂ ਦੇ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਇੱਥੇ ਰੋਕਿਆ, ਇੱਕ ਵਾਰੀ ਤਾਂ ਅਸੀਂ ਸ਼ਾਂਤਮਈ ਢੰਗ ਨਾਲ ਰੁਕਾਂਗੇ, ਪਰ ਜੇ ਪ੍ਰਸ਼ਾਸਨ ਨੇ ਸਾਨੂੰ ਲੰਮੇ ਸਮੇਂ ਲਈ ਰੋਕਣ ਦੀ ਗੱਲ ਕੀਤੀ ਤਾਂ ਫਿਰ ਅਸੀਂ ਵੱਡੀ ਕਾਲ ਦੇ ਕੇ ਇਹਨਾਂ ਦਾ ਜਿਹੜਾ ਨਾਕਾ ਤੋੜ ਕੇ ਵੀ ਜਾਣ ਦੀ ਪਰਵਾਹ ਨਹੀਂ ਕਰਦੇ। ਦੂਜੇ ਪਾਸੇ ਪ੍ਰਸ਼ਾਸਨ ਸਰਕਾਰ ਐਡੀ ਮਾੜੀ ਨਿਕਲ ਗਈ, ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਚੰਡੀਗੜ੍ਹ ਜਾਣ ਤੋਂ ਕਦੇ ਕਿਸੇ ਨੂੰ ਨਹੀਂ ਰੋਕਿਆ, ਚੰਡੀਗੜ੍ਹ ਹੀ ਨਾਕਾ ਲੱਗਦਾ ਸੀ। ਇਹਨੇ ਹੁਣ ਪਿੰਡ ਪਿੰਡ ਨਾਕੇ ਲਾਉਣੇ ਸ਼ੁਰੂ ਕਰਤੇ, ਪਰ ਚੰਡੀਗੜ੍ਹ ਨਾ ਤਾਂ ਪਹਿਲਿਆਂ ਦੇ ਪਿਓ ਦਾ ਸੀ ਨਾ ਇਹਦੇ ਪਿਓ ਦਾ। ਚੰਡੀਗੜ੍ਹ ਲੋਕਾਂ ਦੀ ਰਾਜਧਾਨੀ, ਲੋਕ ਚੰਡੀਗੜ੍ਹ ਜਾ ਕੇ ਆਪਦਾ ਪ੍ਰੋਟੈਸਟ ਕਰ ਸਕਦੇ ਆ, ਪਰ ਆਪਾਂ ਤਾਂ ਅੱਜ ਜਾਂਦੇ ਹੀ ਲੁਧਿਆਣੇ ਸੀ ਅਤੇ ਲੁਧਿਆਣੇ ਜਾਣ ਤੋਂ ਰੋਕਦੇ ਨਾ। ਮੈਂ ਸਮਝਦਾ ਵੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਕੋਈ ਬਹੁਤੀ ਵੱਡੀ ਸਿਆਣਪ ਨਹੀਂ, ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਗੰਭੀਰ ਸਿੱਟੇ ਪੁੱਛਣੇ ਪੈਣ। ਹੋਰ ਇਲਾਕਿਆਂ 'ਚੋਂ ਵੀ ਜਿਹੜੇ ਕਿਸਾਨਾਂ ਨੂੰ ਪਿੰਡਾਂ 'ਚ ਹੀ ਰੋਕਿਆ ਗਿਆ? ਹਾਂ ਰੋਕਿਆ, ਇੱਧਰ ਵੀ ਰੋਕਾ ਰਕਾਈ ਕੀਤੀ ਸਾਡੇ ਗੂੜਾ ਗੁਜਰ ਸਾਈਡ 'ਤੇ ਵੀ, ਪਰ ਕਾਰਨ ਇਹ ਆ ਵੀ ਜਿਹੜੇ ਇੱਕ ਦੋ ਟਰੈਕਟਰ ਵਾਲੀਆਂ ਸੀ ਉਹ ਵਿਚਾਰੇ ਵਾਪਸ ਮੁੜ ਗਏ। ਇਹ ਜ਼ਿਆਦਾ ਸੀ, ਇਹ ਕਹਿੰਦੇ ਵੀ ਅਸੀਂ ਆਪਾਂ ਚੱਲਾਂਗੇ, ਅਸੀਂ ਕਿਹਾ ਵੀ ਚਲੋ ਚੱਲਦੇ ਹਾਂ। ਇੱਕ ਵਾਰੀ ਪ੍ਰਸ਼ਾਸਨ ਨੂੰ ਕਿਹਾ ਵੀ ਜੇ ਤੁਸੀਂ ਆਪਦਾ ਕੋਈ ਉਹਦਾ ਸ਼ਾਮ ਤੱਕ ਸੰਸਕਾਰ ਹੋ ਗਿਆ ਜਿਹੜਾ ਕਿਸਾਨ ਦੂਜੀ ਜਥੇਬੰਦੀ 'ਚ ਸ਼ਹੀਦ ਹੋਇਆ, ਇਹ ਕਹਿੰਦੇ ਅਸੀਂ ਆਪਣੇ ਆਪ ਹੀ ਨਾਕਾ ਤੋੜ ਦਿਆਂਗੇ, ਨਾ ਹੋਇਆ ਤਾਂ ਫਿਰ ਸੁਭਾਅ ਆਪਾਂ ਕਰਾਂਗੇ ਕੋਈ ਨਾ ਕੋਈ ਕਾਰਵਾਈ। DSP ਸਾਹਿਬ ਕੀ ਕਹਿ ਰਹੇ ਆ ਮੌਕੇ 'ਤੇ ਪਹੁੰਚੇ? ਮੌਕੇ 'ਤੇ ਉਹ ਤਾਂ ਕਹਿ ਰਹੇ ਵੀ ਤੁਸੀਂ ਉੱਥੇ ਬੱਸਾਂ ਗੱਡੀਆਂ ਰਾਹੀਂ ਚਲੇ ਜਾਓ, ਟਰੈਕਟਰ ਵਾਲੀਆਂ ਨਹੀਂ ਜਾਣ ਦੀਆਂ, ਪਰ ਅਸੀਂ ਟਰੈਕਟਰ ਵਾਲੀਆਂ ਮੈਨੂੰ ਉੱਥੇ ਰਹਿ ਨਹੀਂ ਸਕਦੇ। ਰਹਿਣ ਪੈਣ ਦਾ ਇੰਤਜ਼ਾਮ ਜਿਹੜਾ ਸ਼ਹਿਰ ਦੇ ਵਿੱਚ ਇੱਥੇ ਤਾਂ ਜਗ੍ਹਾ ਬਹੁਤ ਬਣ ਸਕਦੀ ਹੈ,
ਪਰ ਜਿਹੜੀ ਸ਼ਹਿਰ ਦੀ ਸੜਕਾਂ ਦੀ ਜਗ੍ਹਾ ਉਹਦੇ ਵਿੱਚ ਕੂੜਾ ਕਰਕਟ ਬਹੁਤ ਕੁਛ ਲੰਘਦਾ, ਵਹੀਕਲ ਬਹੁਤ ਲੰਘਦੇ, ਟਰਾਲੀਆਂ 'ਚ ਰਹਿਣਾ ਸੌਖਾ, ਰਾਤ ਨੂੰ ਬਾਰਿਸ਼ ਆ ਜੀ ਉਹਦੇ ਤੋਂ ਰਹਿਣਾ ਸੌਖਾ। ਇਸ ਪ੍ਰਬੰਧ ਨੂੰ ਲੈ ਕੇ ਅਸੀਂ ਆਪਦਾ ਪ੍ਰਬੰਧ ਨਾਲ ਲੈ ਕੇ ਜਾਣਾ ਜ਼ਰੂਰੀ ਸਮਝੇ। ਧਰਨਿਆਂ 'ਚ ਉਪਜੀ ਪਾਰਟੀ ਧਰਨਿਆਂ ਤੋਂ ਕਿਉਂ ਡਰਨ ਲੱਗ ਗਏ ਪ੍ਰਧਾਨ ਜੀ? ਧਰਨਿਆਂ 'ਚ ਉਪਜੀ ਪਾਰਟੀ ਬਣਨ ਤੱਕ ਹੀ ਸੀਮਤ ਸੀ, ਜਦੋਂ ਉਹਦੇ 'ਚ ਗਏ ਚਲੇ। ਇਹ ਜੇ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਨਾ, ਜਦੋਂ ਅਕਾਲੀ ਦਲ ਅਤੇ ਕਾਂਗਰਸ ਦੀ ਗੱਲ ਕਹਿੰਦੀ ਵੀ ਇਹ ਬੀ ਟੀਮ ਹੈ ਬੀਜੇਪੀ ਦੀ, ਅਤੇ ਅਸੀਂ ਇਹ ਸੋਚਦੇ ਸੀ ਵੀ ਇਹ ਤਾਂ ਇਹਨਾਂ ਦਾ ਵਿਰੋਧ ਕਰਦੇ।